ਵੈਲਕਮ ਮਾਈ ਡੀਅਰ ਸਟੂਡੈਂਟਸ ਅੱਜ ਆਪਾਂ 3.2 ਐਕਸਰਸਾਈਜ਼ ਦਾ 9th ਕੁਐਸਚਨ ਕਰਨ ਜਾ ਰਹੇ ਹਾਂ ਇਹ ਕੁਐਸਚਨ ਸਕਰਟ ਤੋਂ ਪਹਿਲਾਂ ਬੇਟਾ ਜੀ ਆਪਾਂ ਯੋਗਤਾ ਡਿਵੀਜ਼ੀਬਿਲਟੀ ਦੇ ਕੁਝ ਕੁ ਰੂਲ ਪ੍ਰੋਪਰਟੀਆਂ ਬਾਰੇ ਪੜਾਂਗੇ ਉਹ ਧਿਆਨ ਨਾਲ ਸਮਝਣਾ ਠੀਕ ਹੈ ਫਿਰ ਇਹ ਆਪਾਂ ਇਹ ਕੁਐਸਚਨਸ ਕਰਾਂਗੇ ਟੂ ਫਾਸ ਜਿਹੜੇ ਹੈਗੇ ਨੇ ਦੇਖੋ ਬੇਟਾ ਸਭ ਤੋਂ ਪਹਿਲਾਂ ਬੇਟਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਜੋ ਤੁਹਾਨੂੰ ਨੈਕਸਟ ਵੀਡੀਓਜ਼ ਨੇ ਮਿਲਦੀਆਂ ਰਹਿਣ देखो बेटा फस्ट प्रॉपर्टी है अपने कोई प्रॉपर्टी वन लैट ए बी सी बी का थ्री नंबरस ने मान लो ए बी सी अपने को तीन नंबर ने ठीक है ए बी सी आर थ्री नंबरस मान लो ए इज डिविजल बाय बी ठीक है जिमें फोर्ट्टी एट एग्जाम्पल आ फोर्टी एट इज़ डिविजल बाय ट्वैल्व ठीक है बी इज डिविज बाय सी जिमें ट्वैल्व आ इस टू पर भी डिविजिबल आ थ्री ते भी डिविजिबल आ सिक्स से भी डिविजिबल आ ਠੀਕ ਹੈ then a is also divisible by c ਫਿਰ 48 ਆ ਬੇਟਾ ਜੀ ਉਹ 2 3 ਔਰ 6 ਨਾਲ ਵੀ ਡਿਵੀਜ਼ੀਬਲ ਹੋਏਗਾ ਠੀਕ ਹੈ ਇਹਨੂੰ ਆਪੇ ਮੰਨ ਲਿਆ a ਆਪਣੀ b ਹੋਗੀ a ਆਪਣੇ ਕੋਲ c ਬਣਗੀ ਠੀਕ ਹੈ ਨੈਕਸਟ ਦੇਖੋ ਬੇਟਾ ਜੀ ਨੈਕਸਟ ਹੈ ਆਪਣੇ ਕੋਲ ਅਗਲੀ ਪ੍ਰੋਪਰਟੀ ਇਫ a ਐਂਡ b ਆਰ ਕੋ ਟੂ ਕੋਪਰਾਈਮ ਨੰਬਰਸ ਨੇ ਕੋਪਰਾਈਮ ਸਹਿ ਭਾਜ ਸੰਖਿਆਵਾਂ ਜਿਨ੍ਹਾਂ ਦਾ ਕਾਮਨ ਫੈਕਟਰ ਬੇਟਾ 1 ਹੁੰਦਾ ਆ ਠੀਕ ਹੈ ਮੰਨ ਲਓ a ਤੇ b ਟੂ ਕੋਪਰਾਈਮ ਨੰਬਰਸ ਨੇ ਜੇ ਫੋਰ ਐਗਜ਼ਾਮਪਲ ਆਪਾਂ 3 ਤੇ 4 ਲੈ ਲੇ ਠੀਕ ਹੈ 3 ਤੇ 4 ਦੋਨਾਂ ਦਾ ਕਾਮਨ ਫੈਕਟਰ 1 ਹੈ 1 ਦੇ ਟੇਬਲ ਤੇ ਆਉਂਦੇ ਨੇ ਹੋਰਤੇ ਕਿਸੇ ਟੇਬਲ ਤੇ ਆਉਂਦੇ ਨਹੀਂ ਇਹ ਦੋਨੋਂ ਕੋਪਰਾਈਮ ਨੰਬਰਸ ਨੇ ਠੀਕ ਹੈ ਮੰਨ ਲਓ ਕੋਈ ਨੰਬਰ ਆ ਅਦੇਖੇ ਚ ਲਿਖਿਆ ਹੋਇਆ ਇਫ a ਐਂਡ b ਟੂ ਕੋਪਰਾਈਮ ਨੰਬਰਸ ਨੇ ਸੱਚ ਦੈਟ a ਨੰਬਰ c ਇਸ ਡਿਵੀਜ਼ੀਬਲ ਬਾਈ ਬੋਥ a ਐਂਡ b ਠੀਕ ਹੈ ਮੰਨ ਲਓ ਪੈ ਐਗਜ਼ਾਮਪਲ ਲੈ ਲਈ ਚਲੋ 72 ਆ 72 ਆ ਬੇਟਾ ਉਹ 3 ਤੇ ਵੀ ਡਿਵੀਜ਼ੀਬਲ ਆ ਠੀਕ ਹੈ 72 ਆ 4 ਤੇ ਵੀ ਡਿਵੀਜ਼ੀਬਲ ਆ ਜੇ 3 ਤੇ 4 ਦੋਨੋਂ ਕੋਪਰਾਈਮ ਨੰਬਰਸ ਨੇ ਸਹਿ ਪਾ ਸੰਖਿਆਵਾਂ ਨੇ ਤਾਂ ਜਿਹੜਾ 72 ਆ ਉਹ ਉਹਨਾਂ ਦੀ ਪ੍ਰੋਡਕਟ 3 ਇੰਟੂ 4 ਮਤਲਬ 12 ਨਾਲ ਵੀ ਡਿਵੀਜ਼ੀਬਲ ਹੋਵੇਗਾ ਠੀਕ ਹੈ ਬੇਟਾ ਨੈਕਸਟ ਪ੍ਰੋਪਰਟੀ ਹੈ ਆਪਣੇ ਕੋਲ ਇਫ ਟੂ ਨੰਬਰਸ b ਐਂਡ c ਆਰ ਡਿਵੀਜ਼ੀਬਲ ਬਾਈ a ਦੈਨ b+c ਇਜ਼ ਆਲਸੋ ਡਿਵੀਜ਼ੀਬਲ ਬਾਈ a ਦੇਖ ਬੇਟਾ ਮੰਨ ਲਓ ਕਿ ਦੋ ਨੰਬਰਸ ਲਏ 45 ਆ ਤੇ 70 ਆ ਠੀਕ ਹੈ ਦੋਨੋਂ 5 ਨਾਲ ਡਿਵੀਜ਼ੀਬਲ ਨੇ 5 ਇਹਨਾਂ 45 ਨੇ ਡਿਵਾਈਡ ਕਰਦਾ 5 72 ਨੂੰ ਵੀ ਡਿਵਾਈਡ ਕਰਦਾ ਤਾਂ ਦੋਨਾਂ ਦੀ ਐਡੀਸ਼ਨ ਆ ਜਿਹੜੀ 45+70 ਕਿੰਨੀ ਬਣ ਗਿਆ ਬੇਟਾ ਆਪਣੇ ਕੋਲ 115 115 ਆ ਬੇਟਾ ਉਹ ਵੀ 5 ਤੇ ਕੀ ਹੋਏਗਾ ਡਿਵੀਜ਼ੀਬਲ 5 115 ਨੂੰ ਵੀ ਡਿਵਾਈਡ ਕਰੇਗਾ ਇਹਦਾ ਮਤਲਬ ਜੇ a ਤੇ b ਡਿਵੀਜ਼ੀਬਲ ਨੇ ਦੋਨਾਂ ਸਮ ਵੀ ਐ ਉਸ ਨੰਬਰ ਨਾਲ ਡਿਵੀਜ਼ੀਬਲ ਹੋਵੇਗਾ ਇੱਦੀ ਬੇਟਾ ਜੇ ਮਨ ਲਓ ਕਿ ਟੂ ਨੰਬਰਸ ਲੈ ਲਈਏ ਆਪਾਂ ਜਿਵੇਂ 84 ਆ ਦੇਖੋ 45 ਆ ਤਾਂ ਦੋਨਾਂ ਦਾ ਡਿਫਰੈਂਸ ਵੀ ਜੇ ਆਪਾਂ ਡਿਫਰੈਂਸ ਕਰੀਏ ਜਿਵੇਂ 84 45 ਕਿੰਨਾ ਆ ਗਿਆ ਆਪਣੇ ਕੋਲ 39 ਜੇ ਕੋਈ ਨੰਬਰ ਆ ਇਹਨਾਂ ਦੋਨੋਂ ਡਿਵਾਈਡ ਕਰਦਾ ਆ ਠੀਕ ਹੈ ਅਲੱਗ-ਅਲੱਗ ਨੰਬਰ ਡਿਵਾਈਡ ਕਰਦਾ ਆ ਜਿਵੇਂ 3 ਇਹਨਾਂ ਦੋਨੋਂ ਨੂੰ ਡਿਵਾਈਡ ਕਰਦਾ ਤਾਂ ਦੋਨੋਂ ਡਿਫਰੈਂਸ ਵੀ ਆ ਬੇਟਾ ਉਹ 3 ਨਾਲ ਡਿਵੀਜ਼ੀਬਲ ਹੋਵੇਗਾ ਠੀਕ ਹੈ ਐਡੀਸ਼ਨ ਵੀ ਡਿਫਰੈਂਸ ਵੀ ਇਹ ਧਿਆਨ ਰੱਖਣਾ ਬੇਟਾ ਜੀ ਹੁਣ ਦੇਖੋ ਆਪਾਂ ਇਹਨਾਂ ਨੂੰ ਧਿਆਨ ਚ ਰੱਖ ਕੇ ਕੁਐਸਚਨ ਕਰਨ ਜਾ ਰਹੇ ਆ ਫਰਸਟ ਹੈ ਇਫ ਅ ਨੰਬਰ ਇਜ਼ ਡਿਵੀਜ਼ੀਬਲ ਬਾਈ 24 ਜੇਕਰ ਕੋਈ ਨੰਬਰ ਆ 24 ਨਾਲ ਡਿਵੀਜ਼ੀਬਲ ਆ ਠੀਕ ਆ ਭਾਜੋਗ ਆ ਤਾਂ 3 ਤੇ 8 ਨਾਲ ਵੀ ਭਾਜੋਗ ਹੋਵੇਗਾ ਦੇਖੋ ਹੁਣ ਜੇ ਮੈਂ 24 ਕੋਈ ਨੰਬਰ ਮੰਨ ਲਓ a ਆ ਉਹ 24 ਨਾਲ ਡਿਵੀਜ਼ੀਬਲ ਆ ਹੁਣ 24 ਆ ਦੇਖੋ 3 ਦੇ ਟੇਬਲ ਤੇ ਵੀ ਆਉਂਦਾ a ਦੇ ਟੇਬਲ ਤੇ ਵੀ ਆਉਂਦਾ 3 ਵੀ ਇਹਨੂੰ ਡਿਵਾਈਡ ਕਰਦਾ ਹੈ ਬੇਟਾ 8 ਵੀ ਇਹਨੂੰ ਡਿਵਾਈਡ ਕਰਦਾ ਆ ਤਾਂ 3 ਤੇ 8 ਨੇ ਆਪਾਂ ਫਸਟ ਪ੍ਰੋਪਰਟੀ ਕੀਤੀ ਸੀਗੀ ਉਹ a ਨੂੰ ਵੀ ਕੀ ਕਰਨਗੇ ਡਿਵਾਈਡ ਠੀਕ ਹੈ 3 ਤੇ 8 8 ਨੂੰ ਵੀ ਕੀ ਕਰਨਗੇ ਡਿਵਾਈਡ ਇਹਦਾ ਦਾ ਫਰਸਟ ਕੀ ਆਪਣੇ ਕੋਲ ट्रू ਨੈਕਸਟ ਦੇਖੋ ਬੇਟਾ ਨੈਕਸਟ ਹੈ ਆਪਣੇ ਕੋਲ 60 ਐਂਡ 90 ਬੋਥ ਆ ਡਿਵੀਜ਼ੀਬਲ ਬਾਈ 10 ਦੈਨ देयर ਸਮ ਇਜ਼ ਨਾਟ ਡਿਵੀਜ਼ੀਬਲ ਬਟਾਇ 10 ਆਪਾਂ ਹੁਣੇ ਪ੍ਰੋਪਰਟੀ ਕੀਤੀ ਸੀ ਬੇਟਾ ਥਰਡ ਜੇ ਕੋਈ ਨੰਬਰ ਆ ਉਹ 60 ਮਾਲ 90 ਦੋਨੋਂ ਡਿਵਾਈਡ ਕਰਦੇ ਨਾ 10 ਨਾ ਇਹਨਾਂ ਦੋਨਾਂ ਡਿਵਾਈਡ ਕਰ ਰਹੇ ਆ ਠੀਕ ਹੈ ਤਾਂ ਦੋਨੋਂ ਦਾ ਜਿਹੜਾ ਸਮ ਹੋਊਗਾ ਮਤਲਬ 60 90 ਉਹ ਵੀ ਕੀ ਹੋਊਗਾ 10 ਨਾਲ ਡਿਵੀਜ਼ੀਬਲ ਹੋਵੇਗਾ ਠੀਕ ਹੈ ਇਹ ਕਹਿੰਦਾ ਨਹੀਂ ਹੋਵੇਗਾ ਤਾਂ ਕੀ ਹੋ ਗਿਆ ਇਹ ਫਾਲਸ ਠੀਕ ਹੈ ਇਹ ਕੀ ਹੋ ਗਿਆ ਬੇਟਾ ਜੀ ਫਾਲਸ ਨੈਕਸਟ ਦੇਖੋ ਇਫ ਅ ਨੰਬਰ ਇਜ਼ ਡਿਵੀਜ਼ੀਬਲ ਬਾਈ 8 ਜੇਕਰ ਕੋਈ ਨੰਬਰ 8 ਨਾਲ ਭਾਗਯੋਗ ਹੈ ਦੈਨ ਇਟ ਇਜ਼ ਆਲਸੋ ਡਿਵੀਜ਼ੀਬਲ ਬਾਈ 16 ਤਾਂ 16 ਨਾਲ ਵੀ ਡਿਵੀਜ਼ੀਬਲ ਹੋਵੇਗਾ ਨਹੀਂ ਬੇਟਾ ਇਹ ਗਲਤ ਹੈ ਦੇਖੋ ਮੰਨ ਲਓ 24 ਆ ਠੀਕ ਹੈ 24 ਨੂੰ 8 ਡਿਵਾਈਡ ਕਰਦਾ ਆ ठीक है 8 ट्वेंटी फोर डिवाइड करता बट ट्वेंटी फोर न बेटा सोलह या वो डिवाइड नहीं करता ठीक है 8 डिवाइड करता सिक्सटीन डिवाइड नहीं करता ए मतलब की हो गया बेटा जी ये फॉल्स थर्ड की हो गया अपने को फॉल्स अगे इफ ए नंबर इज डिविजिबल बाय फिफ्टीन दैन इट आल्सो डिविजिबल बाय थर्ट थ्री ਏ ਠੀਕ ਹੈ ਬੇਟਾ ਜੀ ਕਿਉਂਕਿ 3 ਆ ਉਹ 15 ਨੂੰ ਡਿਵਾਈਡ ਕਰਦਾ ਉੱਪਰਲੇ ਵਿੱਚ ਵੀ ਆਪਾਂ ਵੀ ਦਿਮਾਗ 'ਚ ਰੱਖ ਸਕਦੇ ਹਾਂ 16 ਨੂੰ 8 ਨੂੰ ਡਿਵਾਈਡ ਨਹੀਂ ਕਰਦਾ ਠੀਕ ਹੈ ਇਸਕਾ ਅਗੇ 16 ਉਸ ਨੰਬਰ ਨੂੰ ਵੀ ਡਿਵਾਈਡ ਨਹੀਂ ਕਰੇਗਾ ਪਰ ਇਹਦੇ ਵਿੱਚ ਦੇਖੋ ਬੇਟਾ ਜਿਹੜਾ 3 ਆ 3 ਆ ਉਹ 15 ਨੂੰ ਡਿਵਾਈਡ ਕਰਦਾ ਆ 3 15 ਨੂੰ ਡਿਵਾਈਡ ਕਰਦਾ ਆ ਠੀਕ ਹੈ ਇਹਦਾ ਮਤਲਬ ਜਿਹੜਾ ਕੋਈ ਨੰਬਰ ਨੂੰ 15 ਡਿਵਾਈਡ ਕਰੂਗਾ ਉਹਨੂੰ 3 ਵੀ ਡਿਵਾਈਡ ਕਰੇਗਾ ਬਾਈ ਪ੍ਰੋਪਰਟੀ ਫਸਟ ਠੀਕ ਹੈ ਤੇ ਕੀ ਆਗੇ ਬੇਟਾ ਜੀ ਆਪਣੇ ਕੋਲ ट्रू ਨੈਕਸਟ ਦੇਖੋ 144 ਐਂਡ 72 ਆਰ ਡਿਵੀਜ਼ੀਬਲ ਬਾਇ 12 ਠੀਕ ਹੈ 144 ਤੇ 72 ਦੋਨੋਂ ਬੇਟਾ ਜੀ 12 ਨਾਲ ਡਿਵੀਜ਼ੀਬਲ ਨਹੀਂ ਜੀ 144 ਤੇ 72 ਬੋਥ ਆਰ ਡਿਵੀਜ਼ੀਬਲ ਬਾਇ 12 ਇਹਨਾਂ ਦੋਨੋਂ 12 ਨਾਲ ਡਿਵਾਈਡ ਕਰਦਾ देन देयर डिफरेंस इज आल्सो डिविजिबल बाय 12 ਆਪਾਂ ਹੁਣੇ ਪ੍ਰੋਪਰਟੀ ਕੀਤੀ ਆ ਠੀਕ ਹੈ ਜੇ ਦੋ ਨੰਬਰਸ ਨੇ ਠੀਕ ਹੈ ਮੰਨ ਲਓ ਕਿਸੇ ਨੰਬਰ ਡਿਵੀਜ਼ੀਬਲ ਨਹੀਂ ਤਾਂ ਦੋਨੋਂ ਦਾ ਡਿਫਰੈਂਸ ਵੀ ਬੇਟਾ ਜੀ ਇਹਨਾਂ 12 ਨਾਲ ਕੀ ਹੋਊਗਾ ਡਿਵੀਜ਼ੀਬਲ ਠੀਕ ਹੈ ਇਹ ਕੀ ਆ ਆਪਣੇ ਕੋਲ ट्रू ਆਪਾਂ ਲਾਸਟ ਪ੍ਰੋਪਰਟੀ ਕੀਤੀ ਸੀ ਇਹ ਇਹ ਕੀ ਆਗੇ ਬੇਟਾ ਜੀ ट्रू ਨੈਕਸਟ ਦੇਖੋ ਬੇਟਾ ਨੈਕਸਟ ਹੈ ਇਫ ਅ ਨੰਬਰ ਇਜ਼ ਡਿਵੀਜ਼ੀਬਲ ਬਾਈ 5 ਐਂਡ 9 ਜੇਕਰ ਕੋਈ ਸੰਖਿਆ 5 ਤੇ 9 ਨਾਲ ਭਾਜਯੋਗ ਹੈ then by which other number will the number be always divisible theek hai ta beta hor kehi sankhya ya anka jis ank nal eh bhag yog hovega dekho beta saukha tarika eh hai dekho 5 hai 5 te 9 dono ki ne apne kol twin prime numbers theek hai 5 and 9 are twin primes dono ki ne beta ji apne kol sorry beta twin ne coprime ਦੋਨੋਂ ਕੀ ਨੇ ਆਪਣੇ ਕੋਲ ਕੋ ਪ੍ਰਾਈਮ ਨੰਬਰਸ ਪੰਜਾਬੀ ਚ ਕੀ ਲਿਖਦੇ ਆਪਾਂ ਸਹਿ ਪਾਜ ਦੋਨੋਂ ਕੀ ਨੇ ਕੋ ਪ੍ਰਾਈਮ ਸਹਿ ਪਾਜ ਸੰਖਿਆਵਾਂ ਨੇ ਠੀਕ ਹੈ ਦੋਨੋਂ ਸਹਿ ਪਾਜ ਨੇ ਤਾਂ ਬੇਟਾ ਜਿਹੜੀ ਸੰਖਿਆ ਆ 5 ਔਰ 9 ਨਾਲ ਡਿਵੀਜ਼ੀਬਲ ਹੋਵੇਗੀ ਉਹ ਸੰਖਿਆ ਦੋਨਾਂ ਦੀ ਮਲਟੀਪਲੀਕੇਸ਼ਨ ਨਾਲ ਵੀ ਡਿਵੀਜ਼ੀਬਲ ਹੋਵੇਗੀ ਇਹਦਾ ਮਤਲਬ ਉਹ ਨੰਬਰ ਕਿਹੜਾ ਹੋਊਗਾ ਅੰਕ ਕਿਹੜਾ ਹੋਊਗਾ ਆਪਣੇ ਕੋਲ ਦੋਨਾਂ ਦੇ ਮਲਟੀਪਲੀਕੇਸ਼ਨ ਕਰੋ 5 ਇੰਟੂ 9 ਕਿੰਨਾ ਆ ਗਿਆ ਆਪਣੇ ਕੋਲ 45 ਠੀਕ ਹੈ ਇਹਦਾ ਮਤਲਬ ਜੇ ਕੋਈ ਸੰਖਿਆ 5 ਤੇ 9 ਨਾਲ ਭਾਗਯੋਗ ਹੈ ਤਾਂ ਉਹ ਸੰਖਿਆ ਕਿਸ ਸੰਖਿਆ ਨਾਲ ਭਾਗਯੋਗ ਹੋਵੇਗਾ 45 ਦੇ ਨਾਲ ਬਿਕੋਜ਼ 5 ਐਂਡ 9 ਆਰ ਕੋਪ੍ਰਾਈਮ ਨੰਬਰ ਸਹਿ ਪਾ ਸੰਖਿਆਵਾਂ ਨੇ ਠੀਕ ਹੈ ਬੇਟਾ ਨੈਕਸਟ ਦੇਖੋ ਇਹਨਾਂ ਵਿੱਚੋਂ ਕਿਹੜੀਆਂ ਸੰਖਿਆ ਸਹਿ ਪਾ ਹਨ ਕੋਪ੍ਰਾਈਮ ਹਨ ਦੇਖੋ ਫੈਕਟਰ ਬਣਾ ਕੇ ਪਤਾ ਲੱਗ ਜਾਏਗਾ ਬੇਟਾ ਤੁਹਾਨੂੰ ਹੁਣ ਜਿਵੇਂ ਦੇਖੋ ਫਰਸਟ ਕੁਐਸਚਨ ਹੈ ਆਪਣੇ ਕੋਲ ट्वेंटी फाइव तो थर्टी फाइव ठीक है ट्वेंटी फाइव तो थर्टी फाइव तो बे बेटा जी पहला वाली वीडियो फैक्टर बनाने सिखाते थे देखो ट्वेंटी फाइव के फैक्टर की बन गए वन पर जाएगा फाइव से जाएगा ट्वेंटी फाइव से जाएगा ठीक है थर्टी फाइव कितने जाएगा वन से जाएगा फाइव तो जाएगा ठीक है सैवनते जाएगा तो अगे थर्टी फाइव से जाएगा, थे जाएगा, थे जाएगा। ਉਹ ਦੇਖੋ ਦੋਨਾਂ ਚ ਕਾਮਨ ਫੈਕਟਰ ਆ ਗਿਆ 1 ਤੋਂ ਬਿਨਾ 1 ਤੋਂ ਬਿਨਾ ਦੇਖਣਾ ਬੇਟਾ ਜੀ ਬਿਕੋਜ਼ 1 ਇਜ਼ ਅ ਫੈਕਟਰ ਆਫ ਏਵਰੀ ਨੰਬਰ 5 ਦੋਨਾਂ ਚ ਕਾਮਨ ਆ ਗਿਆ ਇਹਦਾ ਬਹੁਤ ਨੰਬਰਸ ਨੇ ਉਹ 5 ਨਾਲ ਡਿਵੀਜ਼ੀਬਲ ਨੇ ਕਾਮਨ ਫੈਕਟਰ ਇਨ ਦਾ 5 ਆ ਗਿਆ ਠੀਕ ਹੈ ਇਹਦਾ ਮਤਲਬ ਸਹਿ ਪਾਜ ਹੈਗੀਆਂ ਨੇ ਨੋ ਫਸ ਦਾ ਆਨਸਰ ਕਿਉਂ ਬੇਟਾ ਜੀ ਨੋ ਠੀਕ ਹੈ ਹੁਣ ਸੈਕਿੰਡ ਦੇਖੋ 16 ਵਾਲਾ 16 ਦੇ ਫੈਕਟਰ ਬਣਾਓ 16 ਦੇ ਕੀ ਬਣਗੇ 1 ਤੇ ਜਾਏਗਾ 2 ਤੇ ਜਾਏਗਾ 4 ਤੇ ਜਾਏਗਾ 8 ਤੇ ਜਾਏਗਾ ਤੇ ਜੇ 60 ਤੇ ਜਾਏਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਬੇਟਾ 21 ਦੇ ਫੈਕਟਰ ਕੀ ਬਣਨਗੇ ਆਪਣੇ ਕੋਲ 1 ਤੇ ਜਾਏਗਾ ਠੀਕ ਹੈ 3 ਤੇ ਜਾਵੇਗਾ 7 ਤੇ ਤੇ 21 ਤੇ ਇਹਨਾਂ ਵਿੱਚ ਕੋਈ ਕਾਮਨ ਨੰਬਰ ਹੈਗਾ ਆ ਨਹੀਂ ਠੀਕ ਹੈ ਇਹਨਾਂ ਚ ਕੋਈ ਸਾਂਝਾ ਫੈਕਟਰ ਨਹੀਂ ਹੈਗਾ ਇਹ ਚ ਪਰ ਲਿਖ ਵੀ ਸਕਦੇ ਆ ਕਾਮਨ ਕੀ ਆ ਗਿਆ ਦੋਨਾਂ ਵਿੱਚ ਇਹ ਚ 5 ਸੀਗਾ ਠੀਕ ਹੈ ਇਸ ਕਰਕੇ 9 ਸੀ ਇਹ ਚ ਕਾਮਨ ਕੀ ਆ ਗਿਆ ਆਪਣੇ ਕੋਲ ਸਿਰਫ ਕੱਲਾ 1 ਹੀ ਆਇਆ इस बेटा कला वन ही आया और कोई नंबर इन्हें कॉमन नहीं है यद मतलब सह पाँच संख्याव हैग ने सैकंड आंसर की आऊ बेटा जी यस ठीक है अगे देखो ट्वेंटी फोरथ ट्वेंटी फोरथ देखो बेटा ट्वेंटी फोरथे फैक्टर बनाओ की बन किएगा वन से जाऊगा टू पर जाऊगा थ्री ते पर सिक्ते एट पर ट्वैल्व ਉਸ ਤੋਂ ਬਾਅਦ ਬੇਟਾ ਜੀ 24 ਤੇ ਠੀਕ ਹੈ 24 ਦੇ ਫੈਕਟਰ ਬਣ ਗਏ ਹੁਣ ਦੇਖੋ 41 45 ਨਾ ਬਟਾ ਕੇ ਪ੍ਰਾਈਮ ਨੰਬਰ ਆ ਠੀਕ ਹੈ ਇਹ 1 ਤੇ ਜਾਊਗਾ ਇੱਕ 41 ਤੇ ਹੁਣ ਇਹਨਾਂ ਵਿੱਚ ਕਾਮਨ ਕਿਹੜਾ ਆ ਗਿਆ ਆਪਣੇ ਕੋਲ ਕਾਮਨ ਕੀ ਆ ਗਿਆ ਆਪਣੇ ਕੋਲ ਸਿਰਫ 1 ਇਕੱਲਾ ਕਾਮਨ ਆ ਠੀਕ ਹੈ ਹੋਰ ਕੋਈ ਨਹੀਂ ਵੰਤ ਬਿਨਾ ਹੋਰ ਕੋਈ ਨੰਬਰੇ 'ਚ ਕਾਮਨ ਨਹੀਂ ਹੈਗਾ ਇਹਦਾ ਮਤਲਬ ਇਸ ਹੈ ਪਾਚ ਕੋਪਰਾਈਮ ਨੰਬਰਸ ਹੈਗੇ ਨੇ ਠੀਕ ਹੈ ਇਹਦਾ ਆਨਸਰ ਕੀ ਆਉਂਦਾ ਬੇਟਾ ਜੀ ਯੈਸ ਠੀਕ ਹੈ हूँ नैक्सट करते फोर्टी एट त थर्टी थ्री पहला फोर्टी एट के फैक्टर बनाने बेटा जी देखो वन पर जाएगा टू पर जाएगा थ्री तो जाएगा फोर फोरते भी जाएगा फोर्टी एट के फैक्टर ने बेटा यह सिक्स जाएगा एट पर जाएगा होर देखो बेटा जी ट्वैल्व जाएगा होर कित जाएगा देखो सिक्सटीन उस तुँ देखो बेटा जी फोर्टी एट ते जाएगा ठीक है उस तो बाद किएगा फोर्ट ते हम देखो फोर्टी एट के फैक्टर बन गए थर्टी थ्री दे बनाओ ए वन पर जाएगा थ्री ते जाएगा इलेवन ते थर्टी थ्री ते जाएगा ठीक है ये बेटा जी होर भी बन जाएंगे ट्वेंटी फोर 24 ਤੇ ਵੀ ਚਲਾ ਜਾਵੇਗਾ ਠੀਕ ਹੈ ਹੁਣ ਦੇਖੋ ਬੇਟਾ ਇਹਨਾਂ ਦੇ ਵਿੱਚ ਸਾਂਝਾ ਕਿਹੜਾ ਹੈਗਾ ਆਪਣੇ ਕੋਲ ਕਾਮਨ ਕੀ ਆ ਗਿਆ ਆਪਣੇ ਕੋਲ ਦੋਨਾਂ ਦੇ ਵਿੱਚ ਕਾਮਨ ਕੀ ਆ ਗਿਆ 3 ਆ 1 ਆ ਗਿਆ ਤੇ ਆਪਣੇ ਕੋਲ 3 ਆ ਗਿਆ ਠੀਕ ਹੈ ਆਪਣੇ ਕੋਲ 1 ਤਾਂ ਬੀ ਨਾ ਇੱਕ ਨੰਬਰ ਹੋਰ ਕਾਮਨ ਆ ਗਿਆ ਇਹਦਾ ਮਤਲਬ ਹੈ ਪੰਜ ਹੈਗੇ ਨੇ ਨਹੀਂ ਇਹਦਾ ਆਨਸਰ ਕੀ ਆਊ ਬੇਟਾ ਜੀ 9 ਠੀਕ ਹੈ ਨੈਕਸਟ ਦੇਖੋ 20 ਤੇ 57 ਦੇ ਦੇਖੋ ਹੁਣ ਆਪਾਂ 20 ਦੇ ਫੈਕਟਰ ਬਣਾਉਣੇ ਆ 20 ਦੇ ਕੀ ਬਣਨਗੇ 1 ਤੇ ਜਾਏਗਾ 2 ਤੇ ਜਾਏਗਾ 4 ਤੇ ਜਾਏਗਾ 5 ਤੇ 10 ਤੇ ਠੀਕ ਹੈ ਇੱਕ 20 ਤੇ ਉਸ ਤੋਂ ਬਾਅਦ ਦੇਖ ਬੇਟਾ ਜੀ ਹੁਣ ਬਣਾਓ 57 ਦੇ 1 ਤੇ ਜਾਏਗਾ ਇਹ ਹੋਰ ਦੇਖੋ ਕਿਤੇ ਜਾਏਗਾ ਇਹ 3 ਤੇ ਜਾਵੇਗਾ ਫੈਕਟਰ ਬੇਟਾ ਜੀ ਆਪਣੇ ਕੋਲੇ ਦਾ 19 19 ਦੇ ਟੇਬਲ ਤੇ ਜਾਏਗਾ ਫਿਰ ਕਿਤੇ ਜਾਏਗਾ ਇਹ 57 ਤੇ ਠੀਕ ਹੈ ਹੁਣ ਦੇਖੋ ਦੋਨਾਂ ਦੇ ਵਿੱਚ ਕਾਮਨ ਸਾਂਝਾ ਫੈਕਟਰ ਕਿਹੜਾ ਆ ਠੀਕ ਹੈ ਕਾਮਨ ਸਾਂਝਾ ਕਿਹੜਾ ਆਪਣੇ ਕੋਲ ਦੇਖੋ ਇੱਕ ਤਾਂ 1 ਆ ਗਿਆ ਦੋਨਾਂ ਦੇ ਵਿੱਚ ਹੋਰ ਤਾਂ ਕੁਝ ਕਾਮਨ ਹੈ ਨਹੀਂ ਠੀਕ ਹੈ ਔਰ ਕੋਈ ਫੈਕਟਰ ਕਾਮਨ ਨਹੀਂ ਇਹਦਾ ਮਤਲਬ ਬੇਟਾ ਜੀ ਇਹ ਕੋ ਪ੍ਰਾਈਮ ਹੈਗੇ ਨੇ ਸਹਿ ਪਾਜ ਸੰਖਿਆਵਾਂ ਹੈ ਹੈਗੀਆਂ ਨੇ ਇਹਦਾ ਆਨਸਰ ਕੀ ਆਓਗੇ ਬੇਟਾ ਜੀ ਯੈਸ ਠੀਕ ਹੈ Thanks, Betaji, for watching this video.